Z5 ਐਪ ਡਾਊਨਲੋਡ ਕਰੋ ਤੇ ਦੇਖੋ ਪੂਰੇ ਐਪੀਸੋਡ ਬਿਲਕੁਲ ਫ੍ਰੀ। ਦੇਵਾਂਸ਼ ਅੱਜ ਮੈਨੂੰ ਜਿੰਨੀ ਖੁਸ਼ੀ ਹੋ ਰਹੀ ਹੈ ਨਾ, ਇੰਨੀ ਖੁਸ਼ੀ ਪਹਿਲਾਂ ਕਦੇ ਨਹੀਂ ਹੋਈ। ਅੱਜ ਸਾਨੂੰ ਇਸ ਨਿਆਣ ਤੋਂ ਹਮੇਸ਼ਾ ਹਮੇਸ਼ਾ ਲਈ ਛੁਟਕਾਰਾ ਮਿਲ ਜਾਏਗਾ। ਅੱਛਾ ਦੀਦੀ ਜੀ, ਜੇ ਇਦਾਂ ਦੀ ਗੱਲ ਹੈ ਨਾ ਤਾਂ ਤੁਹਾਡੀ ਖੁਸ਼ੀ ਨੂੰ ਮੈਂ ਦੁਗਣਾ ਕਰ ਦਿੰਦਾ। ਅੱਛਾ, ਉਹ ਕਿੱਦਾਂ? ਵਾਹ, ਇਹ ਤਾਂ ਕਮਾਲ ਦਾ ਆਈਡੀਆ ਹੈ। ਅੱਜ ਮੇਰੇ ਪੁੱਤਰ ਦੇਵਾਂਸ਼ ਦਾ ਵਿਆਹ ਜੈਸਮੀਨ ਨਾਲ ਹੋ ਰਿਹਾ, ਜਿਹਨੂੰ ਮੈਂ ਉਹਦੇ ਲਈ ਪਸੰਦ ਕੀਤਾ ਸੀ, ਨਾ ਕਿ ਪਹਿਲੇ ਵਿਆਹ ਵਾਂਗ ਜਿਹੜਾ ਰਾਜਵੀਰ ਨੇ ਬਿਨਾਂ ਸੋਚੇ ਸਮਝੇ ਕਰ ਦਿੱਤਾ। ਖੈਰ, ਅੱਜ ਖੁਸ਼ੀ ਦਾ ਮੌਕਾ ਹੈ ਤੇ ਮੈਂ ਚਾਹੁੰਦੀ ਹਾਂ ਕਿ ਜੈਸਮੀਨ ਦਾ ਸਵਾਗਤ ਨਿਆਣ ਆਪਣੇ ਹੱਥਾਂ ਨਾਲ ਕਰੇ, ਉਹ ਵੀ ਢੋਲ ਵਜਾਉਂਦੇ। ਨਿਆਣ ਉਦੋਂ ਤੱਕ ਢੋਲ ਵਜਾਏ ਜਦੋਂ ਤੱਕ ਦੇਵਾਂਸ਼ ਤੇ ਜੈਸਮੀਨ ਦੀ ਵਰਮਾਲਾ ਨਹੀਂ ਹੋ ਜਾਂਦੀ। ਤੁਹਾਡੇ ਅੱਗੇ ਹੱਥ ਜੋੜਦੀ ਆ, ਮੈਨੂੰ ਇਹ ਸਭ ਕਰਨ ਲਈ ਨਾ ਕਹੋ, ਮੇਰੇ ਕੋਲੋਂ ਨਹੀਂ ਹੋਣਾ। ਨੈਣਾ ਦੀਦੀ, ਅੱਜ ਮੇਰੇ ਹੱਥ ਚ ਨਾ ਵਕਤ ਹੈ ਤੇ ਨਾ ਹੀ ਜੈਸਮੀਨ ਦੇ ਖਿਲਾਫ਼ ਕੋਈ ਸਬੂਤ। ਜੇ ਮੇਰੇ ਕੋਲ ਕੁਛ ਹੈ ਤਾਂ ਉਹ ਹੈ ਮੇਰਾ ਤੁਹਾਡੇ ਤੇ ਭਰੋਸਾ। ਮੈਂ ਬੇਨਤੀ ਕਰਦੀ ਹਾਂ ਮਾਂ, ਕੁਛ ਵੀ ਕਰਕੇ ਤੁਸੀਂ ਇਸ ਵਿਆਹ ਨੂੰ ਰੋਕ ਦੋ। ਜਿੱਥੇ ਇਹਨੂੰ ਸਬੂਤ ਲੱਭਣ ਲਈ ਹੱਥ ਪੈਰ ਚਲਾਣੇ ਚਾਹੀਦੇ ਨੇ, ਉੱਥੇ ਨੈਣ ਹੱਥ ਜੋੜ ਕੇ ਖੜੀ। ਹੁਣ ਮੁੰਡਾ ਕੁੜੀ ਨੂੰ ਬਰਮਾਲਾ ਪਾਊਗਾ। ਦੇਵਾਂਸ਼, ਵਰਮਾਲਾ ਪਾਓ। ਤੇਰੇ ਕੋਲ ਦੁਆ ਕਰਨ ਤੋਂ ਇਲਾਵਾ ਕੁਛ ਬਚਿਆ ਵੀ ਨਹੀਂ। ਮੈਂ ਕਿਹਾ ਸੀ ਨਾ, ਇੱਕ ਦਿਨ ਮੈਂ ਤੇਰੇ ਸਾਹਮਣੇ ਤੇਰੇ ਪਤੀ ਦੇ ਨਾਲ ਵਿਆਹ ਕਰਾਂਗੀ। ਦੇਖ, ਮੈਂ ਜਿੱਤ ਗਈ ਨਯਨ।
ਫਾਲਕੇ ਤੁਹਾਨੂੰ ਯਾਦ ਹੈ ਕੁਛ ਦਿਨ ਪਹਿਲਾਂ ਸਾਡੇ ਘਰ ਸਜਾਵਟ ਦੇ ਲਈ ਕੁਛ ਫੁੱਲ ਆਏ ਸੀ ਤੇ ਉਹ ਫੁੱਲ ਮੈਂ ਸਜਾਵਟ ਕਰਨ ਲਈ ਮਨਾ ਕਰ ਦਿੱਤੇ ਸੀ ਮੈਨੂੰ ਉਹਨਾਂ ਫੁੱਲਾਂ ਦੇ ਉੱਪਰ ਸ਼ੱਕ ਸੀ ਕਿ ਉਹਨਾਂ ਫੁੱਲਾਂ ਦੇ ਵਿੱਚ ਕੁਛ ਗੜਬੜ ਹੈ ਇਸੇ ਲਈ ਉਹਨਾਂ ਵਿੱਚੋਂ ਕੁਛ ਫੁੱਲ ਮੈਂ ਸ਼ਮਸ਼ੇਰ ਜੀ ਨੂੰ ਦੇ ਦਿੱਤੇ ਕਿ ਉਹ ਉਹਨਾਂ ਦੀ ਲੈਬ ਦੇ ਵਿੱਚ ਜਾਂਚ ਕਰਾ ਸਕਣ ਬਸ ਹੀ ਉਹਨਾਂ ਦੀ ਰਿਪੋਰਟ ਹੀ ਮੇਰਾ ਸ਼ੈਤਾਨੀ ਦਿਮਾਗ ਕਹਿ ਰਿਹਾ ਕਿ ਸਾਡੀ ਪਿੱਠ ਪਿੱਛੇ ਕੋਈ ਵੱਡੀ ਸਾਜਿਸ਼ ਹੋ ਰਹੀ ਹੈ ਨੈਣ ਤੂੰ ਇਹ ਫੁੱਲ ਸ਼ਮਸ਼ੇਰ ਜੀ ਨੂੰ ਲੈਬ ਚ ਟੈਸਟ ਕਰਾਉਣ ਵਾਸਤੇ ਕਿਉਂ ਦਿੱਤੇ ਤੂੰ ਸਾਬਿਤ ਕੀ ਕਰਨਾ ਚਾਹੁੰਦੀ ਹੈ ਵਿੱਚ ਪੁੱਦ ਕੇ ਗੱਲ ਨੂੰ ਕਿਉਂ ਇਧਰ ਉਧਰ ਘੁਮਾ ਰਹੇ ਹੋ ਮਾਮਾ ਜੀ ਨੈਣ ਬੋਲ ਰਹੀ ਹੈ ਨਾ ਸਭ ਫਿਰ ਕਿਉਂ ਤੁਸੀਂ ਵਿੱਚ ਬੋਲ ਕੇ ਉਹਦਾ ਫਲੋ ਖਰਾਬ ਕਰ ਰਹੇ ਹੋ ਹੁਣ ਤੁਸੀਂ ਚੁੱਪ ਰਹੋ ਉਹਨੂੰ ਬੋਲਣ ਦੋ ਨੈਣ ਤੂੰ ਬੋਲ ਜੋ ਬੋਲਣਾ ਹੁਣ ਤੈਨੂੰ ਕੋਈ ਡਿਸਟਰਬ ਨਹੀਂ ਕਰੇਗਾ ਕਿ ਮੈਨੂੰ ਸਾਰਿਆਂ ਨੂੰ ਜੈਸਮੀਨ ਦੀ ਸੱਚਾਈ ਦੱਸ ਦੇਣੀ ਚਾਹੀਦੀ ਹੈ ਇਹ ਪਹਿਲਾਂ ਰਿਪੋਰਟ ਚੈੱਕ ਕਰਾਂ ਕੀ ਹੋਇਆ ਨੈਣ ਪੁੱਤਰ ਕੀ ਸੋਚ ਰਹੀ ਹੈ ਤੂੰ ਦੱਸ ਨਾ ਇਹ ਸਾਰਾ ਮਾਮਲਾ ਕੀ ਹੈ ਸਭ ਤੇਰੇ ਜਵਾਬ ਦਾ ਇੰਤਜ਼ਾਰ ਕਰ ਰਹੇ ਨੇ ਬਸ ਥੋੜਾ ਜਿਹਾ ਸਬਰ ਹੋਰ ਕਰੋ ਤੁਹਾਨੂੰ ਸਭ ਨੂੰ ਸਾਰੇ ਸਵਾਲਾਂ ਦੇ ਜਵਾਬ ਆਪਣੇ ਆਪ ਮਿਲ ਜਾਣਗੇ ਸ਼ਮਸ਼ੇਰ ਜੀ ਤੁਸੀਂ ਸਭ ਤੋਂ ਪਹਿਲਾਂ ਦਿਵਾਂਸ਼ ਜੀ ਨੂੰ ਦੱਸੋ ਕਿ ਉਸ ਰਿਪੋਰਟ ਦੇ ਵਿੱਚ ਕੀ ਲਿਖਿਆ ਦੱਸ ਦੋ ਇਹਨਾਂ ਕਿ ਮੈਂ ਜੋ ਕਹਿ ਰਹੀ ਸੀ ਸੱਚ ਕਹਿ ਰਹੀ ਸੀ ਤਾਂ ਕਿ ਉਹ ਮੈਨੂੰ ਗਲਤ ਸਮਝਣਾ ਬੰਦ ਕਰਨ ਇਹੀ ਕਹਿਣਾ ਚਾਹੁੰਦੀ ਰਹੇ ਤੂੰ ਮੈਂ ਬਸ ਨੇ ਬਸ ਇਹੀ ਸੁਣਨਾ ਬਾਕੀ ਰਹਿ ਗਿਆ ਮੈਂ ਸੋਚ ਵੀ ਨਹੀਂ ਸਕਦਾ ਨੈਣ ਕਿ ਤੂੰ ਇਸ ਵਿਆਹ ਨੂੰ ਰੋਕਣ ਲਈ ਇਸ ਹੱਦ ਤੱਕ ਥੱਲੇ ਡਿੱਗ ਜਾਏਗੀ ਕਹਿ ਦੇ ਸਾਰਿਆਂ ਨੂੰ ਕਿ ਤੈਨੂੰ ਲੱਗਦਾ ਕਿ ਮੈਂ ਆਪਣੀ ਵਾਈਫ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਦੱਸ ਕਿਉਂ ਕਰ ਰਹੀ ਹੈ ਸਭ ਮੈਂ ਤੇ ਜੈਸਮੀਨ ਨੇ ਤੇਰਾ ਆਖਿਰ ਵਿਗਾੜਿਆ ਕੀ ਹੈ ਜੇ ਤੂੰ ਸਾਡੇ ਤੇ ਇੰਨੇ ਗੰਦੇ ਇਲਜ਼ਾਮ ਲਾ ਰਹੀ ਹੈ ਮੈਂ ਹਜੇ ਵੀ ਸਹਿਜ ਨੂੰ ਬਹੁਤ ਪਿਆਰ ਕਰਦਾ ਮੈਂ ਉਹਦੇ ਤੇ ਜਾਨ ਲੁਟਾਉਂਦਾ ਸੀ ਤੇ ਤੂੰ ਕਹਿ ਰਹੀ ਹੈ ਮੈਂ ਉਹਦਾ ਖੂਨ ਕੀਤਾ ਜੇ ਸਹਿਜ ਇਸ ਗੱਲ ਨੂੰ ਅੱਜ ਸੁਣ ਰਹੀ ਹੈ ਨਾ ਉਹਨੂੰ ਵੀ ਇੰਨੀ ਤਕਲੀਫ ਹੋਏਗੀ ਜਿੰਨੀ ਕਿ ਮੈਨੂੰ ਹੋ ਰਹੀ ਹੈ ਹੇ ਵਿੱਕੀ ਤਾਂ ਬਹੁਤ ਸ਼ਾਤਿਰ ਹੈ ਇੱਕ ਜਾਨ ਪੁੱਛ ਕੇ ਆਪਣੇ ਮੂੰਹੋਂ ਇਹ ਸਭ ਬੋਲ ਕੇ ਸੱਚਾ ਬਣ ਰਿਹਾ ਦੀਦੀ ਜੀ ਇੱਥੇ ਤਾਂ ਕਲਾਈਮੈਕਸ ਤੇ ਕਲਾਈਮੈਕਸ ਦੇਖਣ ਨੂੰ ਮਿਲ ਰਿਹਾ ਇਹ ਹੋ ਕੀ ਰਿਹਾ ਪੋਂਪੀ ਕੁਛ ਦਿਨ ਪਹਿਲਾਂ ਜਿਹੜਾ ਅਸੀਂ ਜੈਸਮੀਨ ਤੇ ਸ਼ੱਕ ਕਰ ਰਹੇ ਸੀ ਕਿਤੇ ਉਹ ਸਹੀ ਤਾਂ ਨਹੀਂ ਇਹ ਸਾਨੂੰ ਡਬਲ ਕ੍ਰੋਸ ਕਰਨ ਦੀ ਕੋਸ਼ਿਸ਼ ਤਾਂ ਨਹੀਂ ਕਰ ਰਹੀ ਦੀਦੀ ਜੀ ਸੋਚ ਤਾਂ ਮੈਂ ਵੀ ਇਹ ਰਿਹਾ ਪਰ ਮੈਨੂੰ ਸਮਝ ਨਹੀਂ ਆ ਰਹੀ ਇੱਥੇ ਸੱਚ ਕੌਣ ਬੋਲ ਰਿਹਾ ਤੇ ਝੂਠ ਕੌਣ ਬਸ ਵਿੱਕੀ ਤੈਨੂੰ ਹੋਰ ਉਦਾਸ ਹੋਣ ਦੀ ਲੋੜ ਨੀ ਇਹ ਨਯਨ ਜੋ ਮਰਜ਼ੀ ਕੁਛ ਬੋਲੀ ਜਾਵੇ ਇਹਦੇ ਕਹਿਣ ਨਾਲ ਕੁਛ ਨਹੀਂ ਹੁੰਦਾ ਮੈਂ ਚੰਗੀ ਤਰ੍ਹਾਂ ਨਾਲ ਜਾਣਦੀ ਹਾਂ ਕਿ ਤੁਸੀਂ ਦੋਵਾਂ ਨੇ ਏਦਾਂ ਦਾ ਕੁਛ ਨਹੀਂ ਕੀਤਾ ਬਲਕਿ ਅਸਲੀ ਦੋਸ਼ੀ ਇਹ ਨਯਨ ਹੈ
हल्का मालिक नयन, बस बहुत हो गया तेरा नाटक, हूं अपनी बकवास बंद कर ते दफा हो इतो। नहीं तो गल नू गोल गोल घुमाना बंद कर। जे मैं शमशेर जी सहज दीदी की फोटो च मिली चिट्ठी बारे दसांगी ना, वो जरूर मेरा यकीन करेंगे क्योंकि वो मेनू अपनी धी मनते ने। नयन, जे तेरे को सबूत है तो दिखा ना सब नू, ते साबित कर कि तू झूठ नहीं बोल रही। सहज दीदी ने अपने हथा दे नाल विक्की दे खिलाफ चिट्ठी लिखी सी, वही सबूत है। मेनू इन्हां दोवां ते तां बहुत पहले ही शक सी, पर मेरा शक हकीकत जदों बदलिया जदों सहज दीदी दी फोटो चो मेनू वो चिट्ठी मिली। जो चिट्ठी सहज दीदी ने मरण तो पहला थोड़े लिए लिखी सी, पर थानू दे नहीं सके। मैं तेनू बहुत पोली समझदा सी, पर अज जेड़ी तू चलाकी कीती है ना, मेनू पूरा विश्वास हो गया तू बहुत तेज कुड़िया ना, तू अपने फायदे लिए मरे हुए लोगों का भी इस्तेमाल कर सकती है। तेनू अपने मोह मेरी सहज का ना लेंदे हुए बिल्कुल शर्म नहीं आई। तेनू इस गल का पता सी कि मैं ते डैडी जी सहज का ना सुन के इमोशनल हो जावांगे, ते तू इसी गल का फायदा चुक के साडे इमोशन नाल खेड रही है। अपनी झूठी गल नू साबित करन लई तू एक प्यो एक दुखी पति दे इमोशन नाल खेड रही है। विक्की जी, मैं तुसी भी जान दे कि मैं जो कह रही हूँ सच कह रही हूँ। हुण चाहे तुसी मनो या ना मनो। शट अप मैन, मैं सहज नू बहुत प्यार करदा पर मैं ओदे नाल एदां दा कुछ भी नहीं कर सकता। विक्की बिल्कुल ठीक कह रहे हैं, उन्हें आज तक किसी होर कुड़ी बारे गल भी नहीं की। सहज ने मेरे लिए चिट्ठी क्यों लिखी सी, ते जे लिखी भी सी तो मैनू दित्ती क्यों नहीं, वो मैनू जिंदे जी भी दस सकती सी। नहीं दस सकते। सहदेव, की तू पूरी तरह श्योर है? आई मीन की तू अपनी अखां नाल सहज दा लिखिया लेटर नहीं देखा ना? जे तू नहीं कह रहा जिन्ना नैन ने तेनू दसिया ता नैन ता झूठ भी बोल सकती है, वैसे भी अखां धोखा खा जांदियां ने, ते असी तेरी कही सुनी गल्लां नू सबूत किवें मन लिए? नैन भाभी कदे झूठ नहीं बोलदे, मैं अखां बंद करके भी उन्हां दी गल ते विश्वास करदा हां। सहदेव, इत्थे खड़ा हर इंसान जानदा कि तू नैन दा चेला है, नैन ने अपनी गल्लां नाल तेनू वश च कीता होया, मुंह पावे तेरा होवे पर अल्फाज सारे नैन दे ने, तू सिर्फ ओही कह रहा है जेड़ा नैन ने तेनू दस्या, ते ऐसी कही सुनी गल्लां नू सबूत नहीं मन सकते। मैं इन्ना ता जानदा कि तू जैस्मिन नू पसंद नहीं करदी, ते दीवान जीजा जी ते तेरे विच सही गल दी लड़ाई है। मैनू एक गल समझ नहीं आई कि तू इस गल विच सहज नू की इन्वॉल्व किता, आखिर मेरी सहज ने तेरा की बिगाड़ है, तू ओदा नाम लेके मैनू मेरे इन-लॉज दे सामने क्यों इंसल्ट कर रही है? हे नैना देवी, हुण की करा, ना ओना फुल्ला दी रिपोर्ट मेरे काम आई ते ना ही सहज दीदी दी चिट्ठी वाली गल। शमशेर जी, तो तुसी मेरी गल यकीन करो, मैं झूठ नहीं बोल रही,
मेरी एक एक गल सच है। बस नैन बस, सच का साथ तू ओदन ही छड़ दिता सी जो तू इस मुद्दे च मेरी मरी हुई पी सहज नू लेके आई सी, इसलिए हुण मैं तेरी कोई गल नहीं सुननी। नाले विक्की सिर्फ मेरा जवाई नहीं है, वो मेरा पुत्र है। सहज दे जान तो बाद अज तक वो सहज नू भुल नहीं सकया। ओदिया गल्लां राही सहज अजे तक मेरी जिंदगी च जिंदा है। वो दिन रात मेहनत करके पैसे कमा रहा है ताकि सहज दे नां ते स्कूल खोल सके। एहो जे बंदे ते तू ओदी घरवाली ते खून दा इल्जाम लगा रही है। बहुत हो गया, पहला मैनू यह दस के विक्की तो यह सवाल पूछने का हक तेनू किने दिता? पर मलकी दे जे शमशेर जी नू इनफॉर्म करके विक्की दी जान बच गई तो तेनू ओदे च की प्रॉब्लम है? पर मलकी ने वाह नैन वाह, जदों तेरे कोल अपने कोल दिखाण वास्ते कोई सबूत नहीं है ता तू विक्की तो ही सबूत मंगण लग पई। नैन इस व्याह नू रोकण लई तू किन्ने क खेड खेडेंगी? सच दसा ने हुण ना मैनू तेरे ते ही तरस आ रहा है। तू की सोचा सी कि सारे तेरिया गल्लां सुन के जैस्मीन ते विक्की नू जेल भेज देंगे? जेल जान दे हकदार ए दोवे नहीं तू है। इसलिए जेल तू जाएगी। शमशेर जी तुसी नैन नू जैस्मिन और विक्की दे खिलाफ साजिश करन दे जुर्म च हुणे गिरफ्तार करो। नहीं। हाँ हाँ शमशेर जी, दीदी जी बिल्कुल ठीक कह रहे ने, तुसी इनू उन्हें इथों लैके जाओ। हाँ हाँ, इस कुड़ी नू अरेस्ट करवाना ही चाहिदा। जेल जाके यदि अकल ठिकाने आनी है। ये शमशेर जी वाकई ने इन्हें अरेस्ट करके ले जाएंगे? सोच रहे हो शमशेर जी, गिरफ्तार करो इनू, हुण किस चीज दी वेट कर रहे हो? इन्हें मेरे पुत्र दे व्याह दा सारा मजा खराब करके रख दिता, हुण बाकी की रह गया? रीता ये सब करन दी की लोड़ है? तू मेरी कही हुई गल ते गौर नहीं किता ना, मैं तेनू पहला भी कहा सी कि जैस्मीन देवांश लई सही कुड़ी नहीं है। दो गलतियां कीतियां ने, पहली जैस्मीन नू इस घर विच रखन दी ते दूजी गलती देवांश नू दूजे व्याह लई राजी करन दी। तैनू हर हाल विच देवांश ते जैस्मीन दा व्याह रोकना पएगा नैन, जे व्याह हो गया ना ता देवांश लई बहुत ही खतरनाक साबित होएगा। मैनू माफ करना मां, मैं तुहाडे पुत्तर दा व्याह नहीं रोक सकी। नैन मैं तैनू मौका दित्ता सी व्याह रोकण दा, पर तू ही कुछ नहीं कर सकी। अज साडे कोल ना टाइम बचा ना मौका,
अज ना सिर्फ तेरी हार हुई है बल्कि उस परोसे दी भी हार हुई है जिड़ा मेनू तेरे ते सी। गठबंधन की रस्म लई मुंडे दी भूआ अगे आओ। जी पंडित जी। ਮੁੰਡਾ ਤੇ ਕੁੜੀ ਹੇਰਾ ਦੇ ਰਸਮ ਲਈ ਖੜੇ ਹੋ ਜਾਓ। ਤੁਸੀਂ ਇਸ ਗੱਲ ਦੀ ਸਜ਼ਾ ਆਪਣੇ ਆਪ ਨੂੰ ਨਾ ਦਿਓ। ਆਪਣਾ ਇੰਨਾ ਵੱਡਾ ਨੁਕਸਾਨ ਨਾ ਕਰੋ ਦੇਵਾਂਸ਼ ਜੀ। ਮੈਂ ਤੁਹਾਡੇ ਅੱਗੇ ਹੱਥ ਜੋੜਦੀ ਆ, ਤੋੜ ਦੋ ਇਹ ਵਿਆਹ। ਤੁਹਾਡੀ ਮਾਂ ਵੀ ਨਹੀਂ ਚਾਹੁੰਦੀ ਕਿ ਤੁਹਾਡਾ ਵਿਆਹ ਜੈਸਮਿਨ ਦੇ ਨਾਲ ਹੋਏ। ਪਲੀਜ਼ ਤੋੜ ਦੋ ਇਹ ਰਿਸ਼ਤਾ ਦੇਵਾਂਸ਼ ਜੀ। ਤੁਹਾਨੂੰ ਤੁਹਾਡੀ ਮਾਂ ਦਾ ਵਾਸਤਾ, ਇਸ ਵਿਆਹ ਨੂੰ ਇੱਥੇ ਹੀ ਤੋੜ ਦੋ, ਰੋਕ ਦੋ ਇਹ ਵਿਆਹ। ਤੂੰ ਫਿਰ ਸ਼ੁਰੂ ਹੋ ਗਈ। ਕਿਸ ਮਾਂ ਦੀ ਗੱਲ ਕਰ ਰਹੀ ਹੈ ਤੂੰ? ਦੇਖੋ ਦੀਵਾਂਸ਼ ਦੀ ਇੱਕੋ ਮਾਂ ਹੈ ਤੇ ਉਹ ਉਹਦੇ ਸਾਹਮਣੇ ਖੜੀ ਹੈ। ਮੈਂ ਇਹ ਚਾਹੁੰਦੀ ਹਾਂ ਕਿ ਇਹਦਾ ਵਿਆਹ ਜੈਸਮੀਨ ਨਾਲ ਹੋਵੇ। ਮੈਂ ਮਮਤਾ ਮਾਂ ਦੀ ਗੱਲ ਕਰ ਰਹੀ ਹਾਂ। ਮਾਂ ਨਹੀਂ ਚਾਹੁੰਦੇ, ਮਾਂ ਨਹੀਂ ਚਾਹੁੰਦੇ ਕਿ ਤੁਹਾਡਾ ਵਿਆਹ ਜੈਸਮੀਨ ਦੇ ਨਾਲ ਹੋਵੇ। ਇਦਾਂ ਕਰਕੇ ਤੁਸੀਂ ਮੇਰੀ ਨਹੀਂ ਆਪਣੀ ਮਾਂ ਦੀ ਆਤਮਾ ਨੂੰ ਦੁੱਖ ਪਹੁੰਚਾ ਰਹੇ ਹੋ। ਦੇਵਾਂਸ਼ ਦੀ ਗੱਲ ਸਮਝਣ ਦੀ ਕੋਸ਼ਿਸ਼ ਕਰੋ ਨਾ, ਹਜੇ ਵੀ ਵਕਤ ਹੈ, ਇਸ ਵਿਆਹ ਨੂੰ ਇੱਥੇ ਰੋਕ ਦੋ ਪਲੀਜ਼। ਤੁਹਾਨੂੰ ਮਮਤਾ ਮਾਂ ਦਾ ਵਾਸਤਾ ਦੇਵਾਂਸ਼ ਜੀ, ਨਹੀਂ। ਸ਼ਮਸ਼ੇਰ ਜੀ ਦੀ ਮਰੀ ਹੋਈ ਧੀ ਦਾ ਇਸਤੇਮਾਲ ਕੀਤਾ, ਹੁਣ ਤੇਰੀ ਮਰੀ ਹੋਈ ਮਾਂ ਦਾ ਇਸਤੇਮਾਲ ਕਰ ਰਹੀ ਹੈ। ਡਾਕਟਰ ਨਜ਼ਰ ਨਹੀਂ ਆ ਰਿਹਾ। ਡਾਕਟਰ ਡਾਕਟਰ ਮੇਰੇ ਦਿਮਾਗ ਚ ਦੇਖੋ, ਮੇਰੇ ਸਿਰ ਤੋਂ ਬਹੁਤ ਖੂਨ ਨਿਕਲ ਰਿਹਾ। ਡਾਕਟਰ ਡਾਕਟਰ ਮੇਰੇ ਦਿਮਾਗ ਨੂੰ ਬਚਾ ਲਓ, ਇਹਨੂੰ ਕੁਝ ਨਹੀਂ ਹੋਣਾ ਚਾਹੀਦਾ। ਜੇ ਇਹਨੂੰ ਕੁਝ ਹੋ ਗਿਆ ਨਾ ਤੇ ਮੈਂ ਜ਼ਿੰਦਾ ਨਹੀਂ ਰਹੂੰਗਾ। ਡਾਕਟਰ ਸਾਹਿਬ ਪਹਿਲਾਂ ਮੈਨੂੰ ਚੈੱਕ ਕਰ ਲੈਂਦੋ। ਵੀਰ ਜੀ ਹੌਸਲਾ ਰੱਖੋ, ਦੇਵਾਂਸ਼ ਨੂੰ ਕੁਝ ਨਹੀਂ ਹੋਣ ਦੇਣਗੇ। ਭੂਆ ਜੀ ਨੇ ਪਹਿਲੀ ਵਾਰ ਡੈਡ ਨੂੰ ਵੀਰ ਜੀ ਕਿਹਾ, ਮਤਲਬ ਅੰਦਰੋਂ ਤਾਂ ਉਹ ਡੈਡ ਦੀ ਕੇਅਰ ਕਰਦੇ ਹੀ ਨੇ। ਰਾਜਵੀਰ ਜੀ ਦੇਵਾਂਸ਼ ਦਾ ਜ਼ਖਮ ਬਹੁਤ ਡੂੰਘਾ ਹੈ ਤੇ ਇੱਥੇ ਆਉਂਦੇ ਤੱਕ ਬਲੱਡ ਵੀ ਕਾਫੀ ਲੌਸ ਹੋ ਗਿਆ, ਸੋ ਸਾਨੂੰ ਆਪਰੇਸ਼ਨ ਕਰਨਾ ਪਵੇਗਾ। ਆਪਰੇਸ਼ਨ? ਹਾਂਜੀ,
सट बहुत ज्यादा लगी है। रब ना करे कि ब्रेन दे विच क्लोट हो गया, तेन ब्रेन हैमरेज भी हो सकता है। इसलिए सानू इमीजिएटली ऑपरेशन करना ही पड़ेगा। आखिरी फैसला तुहाडे हाथ च है। डॉक्टर साहब तुसी ऑपरेशन की तैयारी करो, मैं बाकी फॉर्मेलिटीज पूरी कर दी। सिस्टर इन्होंने ओटी च लेके चलो। पता नहीं मेरे सिवा आशुक की नहीं नजर लग गई। जैस्मिन जिद ना कर। जैस्मिन प्लीज ओपन द डोर। जैस्मिन आखिरकार उस नयन ने मेरा व्याह तोड़वा के छड़िया। छड़ांगे नहीं, मैनू नहीं छड़ांगे, जान ले लांगी मैं ओदी, नहीं छड़ांगी मैनू। जैस्मिन जैस्मिन दरवाजा खोल। जैस्मिन दरवाजा खोल। मैं समझ सकती हूँ तेरे नाल जो कुछ भी होया, पर चीजां ते गुस्सा उतारना ठीक नहीं है। प्लीज जैस्मिन दरवाजा खोल। जैस्मिन 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 अपने बिग ब्रो की गल नहीं मनेगी। जैस्मिन प्लीज मेरे कहने दरवाजा खोल दे। जैस्मिन 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 प्लीज दरवाजा खोल। फोन आएगा मजा। जैस्मिन प्लीज दरवाजा खोल। क्यूटी पाई मेरी गल तो सुन ले एक बारी। की होया? जैस्मिन गुस्से च दरवाजा नहीं खोल रही। ए और बदशगनी करे विकी, बिचारी दा दूल्हा इन मंडप च जो छड़ के चला गया है, गुस्सा तो आएगा ही ना। हुन सारे इनु छड़ी हुई कुड़ी जो कहेंगे देख। जैस्मिन मेनू पता है कि तू बहुत दुखी है, तो तू ना हुन अपना रोना दोना छड़ के छेती बाहर आ। साडे घर च जान दे के स्यापा ना पा दी। बाहर है किसी है, मैं तेनू कबाब खिलावांगी। उस बेचारी दा व्याह टूट गया ते तू खड़ी हो गई थे मजाक कर रही है। जिस नयन दे नाल तू रहनी है उन्हें तेनू यही कुछ सिखाया? नयन तो नहीं मामा जी, ये सब मैं तुहाडे तो ही सीखिया। और इस मामले च मेरे असली गुरु तो तुसी हो। और वैसे भी तुसी आप भी तो कहंदे हो कि चिड़िया दी मौत ते गवारा दा हासा। किती अपनी जुबान ना अंदर ही रख, ये ना भूल कि पोंपी मेरा भरा है। तुसी मैनू बाद च डांट लेना, हुन टाइम पास ना करो। होर पता चले असी बाहर गल्ला करदे रह गए और जैस्मिन अंदर पखे ना लटक गई। Z5 ऐप डाउनलोड करो ते देखो सारे एपिसोड बिल्कुल फ्री।